ਤੁਹਾਡਾ ਕੋਈ ਜਾਣਕਾਰ ਘਰੇਲੂ ਦੁਰਵਿਹਾਰ ਜਾਂ ਕਿਸੇ ਹੋਰ ਪ੍ਰਕਾਰ ਦੀ ਹਿੰਸਾ ਵਿੱਚੋਂ ਗੁਜ਼ਰ ਰਿਹਾ ਹੋ ਸਕਦਾ ਹੈ। ਘਰੇਲੂ ਦੁਰਵਿਹਾਰ ਇਸ ਤਰ੍ਹਾਂ ਦਾ ਹੋ ਸਕਦਾ ਹੈ, ਵਿਹਾਰ ਨਿਯੰਤ੍ਰਿਤ ਕਰਨਾ, ਪੈਸੇ ਤੱਕ ਤੁਹਾਡੀ ਪਹੁੰਚ ਨਿਯੰਤ੍ਰਿਤ ਕਰਨਾ, ਹਰ ਸਮੇਂ ਤੁਹਾਨੂੰ ਨੀਵਾ ਦਿਖਾਉਣਾ, ਤੁਹਾਨੂੰ, ਤੁਹਾਡੇ ਬੱਚਿਆਂ ਜਾਂ ਤੁਹਾਡੇ ਪਿਆਰਿਆਂ ਨੂੰ ਧਮਕਾਉਣਾ, ਸਰੀਰਕ ਹਿੰਸਾ, ਤੁਹਾਨੂੰ ਤਾਲਾ ਬੰਦ ਕਰਨਾ, ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਨਾ ਕਰਨ ਦੇਣਾ, ਤੁਹਾਨੂੰ ਦੱਸਣਾ ਕਿ ਤੁਸੀਂ ਕਿਵੇਂ ਕੱਪੜੇ ਪਹਿਨਣੇ ਜਾਂ ਕੰਮ ਕਰਨਾ ਹੈ, ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਨ ਲਈ ਮਜਬੂਰ ਕਰਨਾ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ ਜਾਂ ਜਿਸ ਨਾਲ ਤੁਸੀਂ ਸ਼ਾਦੀ ਨਹੀਂ ਕਰਨਾ ਚਾਹੁੰਦੇ, ਅਤੇ ਇਸਤਰੀ ਜਣਨ ਅੰਗ ਦੀ ਵਿਕਰਤੀ, ਜਿਨਸੀ ਹਿੱਸਿਆਂ ਵਿੱਚ ਅਣਉਚਿਤ ਜਾਂ ਅਣਇੱਛਿਤ ਤਰੀਕੇ ਨਾਲ ਛੂਹਣਾ ਜਾਂ ਧਿਆਨ ਖਿੱਚਣਾ, ਅਤੇ ਟਿੱਪਣੀਆਂ ਕਰਨ ਦੇ ਨਾਲ ਨਾਲ ਜਬਰਨ ਜਾਂ ਬਲਪੂਰਵਕ ਕੀਤੇ ਜਿਨਸੀ ਵਿਹਾਰ ਅਤੇ ਬਲਾਤਕਾਰ ਸ਼ਾਮਿਲ ਹੋ ਸਕਦੇ ਹਨ। ਇਹ ਕੰਮ ਕਿਸੇ ਅਜਨਬੀ ਜਾਂ ਤੁਹਾਡੇ ਨਜ਼ਦੀਕੀ ਵਿਅਕਤੀ ਦੁਆਰਾ ਕੀਤੇ ਜਾ ਸਕਦੇ ਹਨ। ਸਤਾਉਣਾ ਅਤੇ ਪਿੱਛਾ ਕਰਨਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਤੁਹਾਨੂੰ ਇਕੱਲਾ ਨਹੀਂ ਛੱਡਦਾ, ਤੁਹਾਡੀਆਂ ਸੀਮਾਵਾਂ ਦਾ ਸਤਿਕਾਰ ਨਹੀਂ ਕਰਦਾ, ਤੁਹਾਨੂੰ ਡਰਾਉਂਦਾ ਹੈ, ਤੁਹਾਨੂੰ ਧਮਕਾਉਂਦਾ ਹੈ, ਤੁਹਾਡੇ ਘਰ ਜਾਂ ਕੰਮ ਵਾਲੀ ਥਾਂ ਤੱਕ ਪਹੁੰਚਦਾ ਹੈ ਜਾਂ ਤੁਹਾਨੂੰ ਬਹੁਤ ਸਾਰੇ ਅਣਉਚਿਤ ਮੈਸੇਜ ਜਾਂ ਫੋਨ ਕਾਲਾਂ ਕਰਦਾ ਹੈ। ਸਾਡੇ ਦੁਆਰਾ ਦੱਸੇ ਗਏ ਇਹ ਸਾਰੇ ਕੰਮ ਵੇਲਸ ਵਿੱਚ ਗੈਰ ਕਾਨੂੰਨੀ ਹਨ, ਅਤੇ ਜੇ ਇਨ੍ਹਾਂ ਵਿੱਚੋਂ ਕੋਈ ਵਾਪਰਿਆ ਹੈ ਤਾਂ ਤੁਹਾਡੇ ਲਈ ਸਹਾਇਤਾ ਉਪਲਬਧ ਹੈ। ਲਿਵ ਫੀਅਰ ਫ੍ਰੀ ਹੈਲਪਲਾਈਨ ਪੂਰੀ ਤਰ੍ਹਾਂ ਗੁਪਤ ਸੇਵਾ ਹੈ ਜਿਸ ਨੂੰ ਤੁਸੀਂ ਦਿਨ ਵਿੱਚ 24 ਘੰਟੇ ਅਤੇ ਹਫ਼ਤੇ ਵਿੱਚ 7 ਦਿਨ ਕਾਲ, ਟੈਕਸਟ, ਵੈਬ ਚੈਟ ਜਾਂ ਈਮੇਲ ਕਰ ਸਕਦੇ ਹੋ। ਅਸੀਂ ਲੈਂਗੁਏਜ ਲਾਈਨ ਰਾਹੀਂ ਦੁਭਾਸ਼ੀ ਵਰਤ ਕੇ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਤੁਹਾਡੇ ਨਾਲ ਗੱਲ ਕਰਨ ਦੇ ਯੋਗ ਹਾਂ। ਅੰਗਰੇਜ਼ੀ ਅਤੇ ਵੈਲਸ਼ ਵਿੱਚ ਟੈਕਸਟ, ਵੈਬ ਚੈਟ ਅਤੇ ਈਮੇਲ ਉਪਲਬਧ ਹਨ, ਪਰ ਜੇ ਤੁਸੀਂ ਸੰਪਰਕ ਕਰਦੇ ਹੋ ਤਾਂ ਅਸੀਂ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਤੁਹਾਨੂੰ ਕਾਲ ਕਰਨ ਲਈ ਇੱਕ ਸੁਰੱਖਿਅਤ ਸਮੇਂ ਦਾ ਪ੍ਰਬੰਧ ਕਰ ਸਕਦੇ ਹਾਂ। ਅਸੀਂ ਤੁਹਾਨੂੰ ਸਹਾਇਤਾ, ਸਲਾਹ ਅਤੇ ਮਾਰਗਦਰਸ਼ਨ ਦੇ ਸਕਦੇ ਹਾਂ ਜੇ ਤੁਸੀਂ ਜਾਂ ਕੋਈ ਵਿਅਕਤੀ ਜਿਸ ਦੇ ਬਾਰੇ ਤੁਹਾਨੂੰ ਚਿੰਤਾ ਹੈ ਸ਼ਾਇਦ ਇੱਥੇ ਦਿੱਤੀਆਂ ਵਿੱਚੋਂ ਕਿਸੇ ਵਿੱਚੋਂ ਗੁਜ਼ਰ ਰਿਹਾ ਹੈ। ਅਸੀਂ ਉਨ੍ਹਾਂ ਪੇਸ਼ੇਵਰਾਂ ਤੋਂ ਕਾਲਾਂ ਦਾ ਵੀ ਸਵਾਗਤ ਕਰਦੇ ਹਾਂ ਜੋ ਕਿਸੇ ਬਾਰੇ ਚਿੰਤਿਤ ਹਨ ਅਤੇ ਮਾਹਿਰ ਸਲਾਹ ਚਾਹੁੰਦੇ ਹਨ। ਅਸੀਂ ਸਥਾਨਕ ਸਹਾਇਤਾ ਸੇਵਾ, ਸ਼ਰਨ ਸਥਾਨ ਖੋਜਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ, ਇੱਕ ਸੁਰੱਖਿਆ ਪਲਾਨ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ, ਮਾਹਿਰ LGBTQ ਸ਼ਰਨ ਸਥਾਨ ਜਾਂ ਆਸਰਾ ਖੋਜੀ, ਕਾਨੂੰਨੀ ਜਾਂ ਕਾਲੀਆਂ, ਏਸ਼ੀਅਨ ਅਤੇ ਅਲਪਸੰਖਿਅਕ ਜਾਤੀ ਸੇਵਾਵਾਂ ਬਾਰੇ ਤੁਹਾਨੂੰ ਦੱਸਣ, ਜੋਖਿਮ ਦਾ ਮੁਲਾਂਕਣ ਕਰਨ, ਜਿਨਸੀ ਹਿੰਸਾ ਅਤੇ ਹਮਲੇ ਸੰਬੰਧੀ ਕੇਂਦਰਾਂ ਬਾਰੇ ਦੱਸਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ, ਪੁਲਿਸ ਨੂੰ ਰਿਪੋਰਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ, ਜਾਂ ਨਿਰਣਾ ਮੁਕਤ ਮਾਹੌਲ ਵਿੱਚ ਸਿਰਫ ਤੁਹਾਡੀ ਗੱਲ ਸੁਣਨ ਦੀ ਪੇਸ਼ਕਸ਼ ਕਰਦੇ ਹਾਂ। ਜੇ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਵਿਅਕਤੀ ਨੇ ਇੱਥੇ ਦਿੱਤੀਆਂ ਵਿੱਚੋਂ ਕਿਸੇ ਦਾ ਅਨੁਭਵ ਕੀਤਾ ਹੈ, ਕਿਰਪਾ ਕਰਕੇ ਲਿਵ ਫੀਅਰ ਫ੍ਰੀ ਨਾਲ ਸੰਪਰਕ ਕਰੋ।